ਮੈਂ ਜੌਨ ਕੋਟਲੀ ਪ੍ਰੈਜ਼ੀਡੈਂਟ ਅਪੋਸਟਲਸ਼ਿਪ ਪਾਲਣਾ ਅੰਮ੍ਰਿਤਸਰ ਤੋਂ ਬੀਤੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਹੋਣਾ ਕਿ ਇੱਕ ਲੱਖ ਸਿਧਾਨਾ ਨਾਂ ਦਾ ਇੱਕ ਮਾਮੂਲੀ ਜਿਹਾ ਬੰਦਾ ਜਿਹੜਾ ਜਿਹਦਾ ਪਾਲਣ ਪੋਸ਼ਣ ਹੀ ਨਫ਼ਰਤ ਚ ਹੋਇਆ ਜਿਹਦਾ ਜੀਵਨ ਸ਼ੁਰੂਆਤ ਹੀ ਜਿਹੜੀ ਨਫ਼ਰਤ ਹੋਈ ਹੈ ਮਾਰ ਦੋ ਵੱਢ ਦੋ ਕਿਸੇ ਨੂੰ ਕਿਸੇ ਦੇਆਂ ਭੈਣਾਂ ਦੇ ਕਈਆਂ ਭੈਣਾਂ ਦੇ ਸੁਹਾਗ ਉਜਾਰ ਤੇ ਕਈਆਂ ਮਾਵਾਂ ਦੇ ਪੁੱਤ ਮਾਰ ਛੱਡੇ ਕਈਆਂ ਇਹਨਾਂ ਇੰਡਸਟਰੀਲਿਸਟਾਂ ਕੋਲੋਂ ਫਰੋਤੀਆਂ ਮੰਗੀਆਂ ਔਰ ਕਰੋੜਾਂ ਰੁਪਏ ਲੈ ਕੇ ਆਪਣੇ ਘਰ ਪਰ ਲੈ ਅੱਜ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਸ ਤਰੀਕੇ ਦੇ ਮਨੁੱਖ ਨੂੰ ਕਿਨੇ ਮੁੱਖ ਧਾਰਾ ਦੇ ਅੰਦਰ ਲੈਣ ਦਾ ਪੁਲਿਸ ਨੇ ਜਾਂ ਕਿਸ ਕਿਹੜੇ ਮਨਿਸਟਰ ਨੇ ਇਹਨੂੰ ਮੁੱਖ ਧਾਰਾ ਦੇ ਅੰਦਰ ਲੈ ਕੇ ਆਏ ਨੇ ਕਿਉਂਕਿ ਜਿਹੜਾ ਇਨਸਾਨ ਦਾ ਪਾਲਣ ਪੋਸ਼ਣ ਹੀ ਗੈਂਗਸਟਰ ਵਾਜ ਚ ਹੋਇਆ ਬਦਮਾਸ਼ੀ ਚ ਹੋਇਆ ਉਹ ਕਿਵੇਂ ਹੋ ਸਕਦਾ ਹੈ ਕਿ ਸਮਾਜ ਦੇ ਅੰਦਰ ਰਾਜਨੀਤਿਕ ਤੌਰ ਦੇ ਆ ਕੇ ਕੋਈ ਐਮਐਲ ਏ ਐਮਪੀ ਬਣ ਕੇ ਕਿਵੇਂ ਸਮਾਜ ਨੂੰ ਅੱਛੀ ਸੇਧ ਦੇ ਸਕਦਾ ਹੈ ਇਹ ਸਿਰਫ ਨਫ਼ਰਤ ਦੇ ਸਕਦੇ ਨੇ ਇਸ ਤਰੀਕੇ ਦੇ ਜੋ ਜਿਹੜੇ ਕਿ ਸਮਾਜ ਨੂੰ ਪਾੜਦੇ ਨੇ ਸਿੱਖ ਵੀਰਾਂ 'ਚ ਮੁਸਲਿਮ ਵੀਰਾਂ 'ਚ ਮਸੀਹ ਵੀਰਾਂ 'ਚ ਪਾੜ ਪਾਉਂਦੇ ਨੇ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਇਸ ਲੱਖੇ ਸਦਾਨੇ ਨੇ ਕਿਹਾ ਹੈ ਕਿ ਸਾਡੇ ਪਿੰਡ ਦੇ ਅੰਦਰ ਪੋਸਟਰ ਲਾ ਕੇ ਗਏ ਨੇ ਜਿਹੜਾ ਆਊਗਾ ਉਹਦੀਆਂ ਲੱਤਾਂ ਤੋੜ ਦਾਂਗੇ ਮੈਂ ਦੱਸਣਾ ਚਾਹੁੰਦਾ ਆ ਪਿੱਛੇ ਸਾਡੇ ਜਿਹੜੇ ਜਿੰਨੇ ਵੀ ਗੁਰਪੁਰਬ ਸਾਹਿਬ ਨੰਗੇ ਨੇ ਗੁਰਪੁਰਬ ਦੇ ਵੀ ਇਸ਼ਤਿਹਾਰ ਲੱਗਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾ ਕਿ ਇਸਰੋਂ ਦੀ ਗੁਰੂ ਸਾਹਿਬ ਦੀ ਜਿਹੜੀ ਸਵਾਰੀ ਨੰਗਣੀ ਹੈ ਹਾਂਜੀ ਜੇ ਕੋਈ ਕੀਰਤਨ ਦਰਬਾਰ ਹੁੰਦਾ ਉਹਦੇ ਵੀ ਇਸ਼ਤਿਹਾਰ ਲਗਾਏ ਜਾਂਦੇ ਨੇ ਉਹ ਉਹ ਇੱਕ ਸਾਰਿਆਂ ਤੱਕ ਸੰਦੇਸ਼ ਦਿੰਦਾ ਕਿ ਜਿਹੜਿਆ ਹੁੰਦਾ ਇਹਨੂੰ ਕਿੰਨੇ ਹੱਕ ਦਿੱਤਾ ਕਿ ਕਿਸੇ ਨੂੰ ਕਹਿ ਕੇ ਇਸ਼ਤਿਹਾਰ ਨਹੀਂ ਲਾ ਸਕ ਲਾ ਸਕਦੇ ਇਹਨੂੰ ਕੇ ਕਿਸ ਅਧਿਕਾਰ ਖੇਤਰ ਦੇ ਅੰਦਰ ਆ ਕੇ ਇਹਨੇ ਕਿਹਾ ਕਿ ਇਸ਼ਤਿਹਾਰ ਨਹੀਂ ਲਗਾ ਸਕਦੇ ਔਰ ਮੈਂ ਦੱਸਣਾ ਚਾਹਣਾ ਜਿਹੜੀ ਜਿਹੜੀ ਭਾਸ਼ਾ ਨੇ ਵਰਤੀ ਹੈ ਉਪਾਦੇ ਭੱਦੀ ਸ਼ਬਦਾਵਲੀ ਵਰਤੀ ਹੈ ਕਿ ਇਹਨੇ ਕਿ ਲੱਤਾਂ ਵੜਦਾਂਗੇ ਔਰ ਇੱਕ ਨੂਨੂ ਨੋਟਿਸ ਲੈਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਹੇਟ ਸਪੀਚ ਦੇ ਰਿਹਾ ਹੈ ਜਿਹੜਾ ਬੰਦਾ ਲੱਤਾਂ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲੇ ਉਹਦੀ ਜ਼ੁਬਾਨ ਨੂੰ ਵੜ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਅੰਦਰ ਜਿਹੜੀ ਹੈ ਨਫ਼ਰਤ ਦੀ ਭਾਵਨਾ ਨਾ ਫੈਲਾਈ ਜਾ ਸਕੇ ਕੀ ਕਾਰਨ ਹੈ ਜੀ ਬਾਰ ਬਾਰ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮਨਨ ਕਿ ਮਸੀਹ ਭਾਈਚਾਰਾ ਕਿਉਂਕਿ ਅੱਜ ਪ੍ਰਚਾਰ ਤੇ ਪ੍ਰਸਾਰ ਬੜੇ ਅچھے ਤਰੀਕੇ ਨਾਲ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਕਿਉਂਕਿ ਸੱਚਾਈ ਹਮੇਸ਼ਾ ਬਹੁਤ ਤੇਜ਼ੀ ਨਾਲ ਫੈਲਦੀ ਹੈ ਜਿਹੜੀਆਂ ਮਨਕਰੰਤ ਕਹਾਣੀਆਂ ਹੁੰਦੀਆਂ ਉਹ ਥੋੜੀ ਦੇਰ ਦੀਆਂ ਹੁੰਦੀਆਂ ਬਾਅਦ ਚ ਖਤਮ ਹੋ ਜਾਂਦੀਆਂ ਔਰ ਸਚਾਈ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਸੋ ਕਈ ਸ਼ਰਾਰਤੀ ਲੋਕਾਂ ਨੂੰ ਇਹ ਸਚਾਈ ਪਸੰਦ ਨਹੀਂ ਆ ਰਹੀ ਸਿਰਫ ਝੂਠੀ ਸ਼ੋਹਰਤ ਲੈਣ ਵਾਸਤੇ ਸਿਰਫ ਆਪਣੀ ਜਿਹੜੀ ਆ ਫੇਸਬੁੱਕ ਤੇ ਆਪਣੇ ਵੀਵਰਸ ਵਧਾਉਣ ਵਾਸਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਇਸ ਤਰੀਕੇ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਬਿਲਕੁਲ ਲੱਖਾ ਸਿਧਾਨੇ ਦੇ ਉੱਪਰ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਤੇ ਜਿਹੜੀ ਆ ਉਹਨਾਂ ਨੂੰ ਇੱਕ ਸਿੰਪਲ ਤੌਰ ਤੇ ਜਿਹੜੀ ਐਪਲੀਕੇਸ਼ਨ ਦਿੱਤੀਆਂ ਵੀ ਔਰ ਹੋਰ ਵੀ ਦੇਾਂਗੇ ਜੇਕਰ ਫਿਰ ਵੀ ਜੇਕਰ ਕਾਰਵਾਈ ਕਰਨ ਤੇ ਪ੍ਰਸ਼ਾਸਨ ਕੋ ਯਾਨਾ ਕ ਨਹੀਂ ਕਰਦਾ ਤੇ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਪੂਰਾ ਪੰਜਾਬ ਫਰੀਜ਼ ਕਰਾਂਗੇ ਪੂਰੇ ਜ਼ਿਲ੍ਹੇ ਫਰੀਜ਼ ਕਰਾਂਗੇ ਜਦ ਤੱਕ ਇਸ ਬੰਦੇ ਨੂੰ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਨਾ ਬਚਾਇਆ ਜਾਵੇ ਕਸ ਦਾਣਾ ਇਸ ਤੋਂ ਵੱਡਾ ਪਖੰਡੀ ਦੁਨੀਆ ਇਹ ਗੈਂਗਸਟਰਵਾਦ ਵਿੱਚ ਪਖੰਡ ਕਰਦਾ ਰਿਹਾ ਹੁਣ ਇਹ ਰਾਜਨੀਤੀ ਚ ਆ ਕੇ ਪਖੰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਅਸੀਂ ਚੈਲੰਜ ਕਰਕੇ ਦੱਸਣਾ ਚਾਹੁੰਦੇ ਆ ਕਿ ਉਹ ਪੋਸਟਰ ਦੇ ਉੱਪਰ ਜਾਂ ਸਾਡੇ ਜਿਹੜੀਆਂ ਜਿਹੜੇ ਅਸੀਂ ਕੈਟਲੌਗਸ ਲਗਾਣੇ ਆ ਉਹਦੇ ਉੱਪਰ ਬਕਾਇਦਾ ਇਹ ਦਿੱਤਾ ਜਾਂਦਾ ਹੈ ਕਿ ਇਹ ਜਿਹੜੀ ਭੈਣ ਨੂੰ ਪਰਮੇਸ਼ਵਰ ਨੇ ਚੰਗਾਈ ਦਿੱਤੀ ਐ ਇਸ ਵੀਰ ਨੂੰ ਚੰਗਾਈ ਦਿੱਤੀ ਐ ਬੇਸ਼ੱਕ ਜਾ ਕੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਕੋ ਪਤਾ ਕਰ ਸਕਦੇ ਨੇ ਕਿ ਇਹਦੇ ਵਿੱਚ ਕਿੰਨੀ ਸਚਾਈ ਔਰ ਕਿੰਨੀ ਕਹਾਣੀ ਐ ਇਹ ਬਿਨਾਂ ਸੋਚੇ ਸਮਝੇ ਗੱਲ ਕਰ ਰਹੇ ਇਹਨੂੰ ਪਤਾ ਨਹੀਂ ਐ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਐ ਇਸ ਕਰਕੇ 295A ਦਾ ਪਰਚਾ ਵੀ ਦਰਜ ਕਰਾਵਾਂਗੇ ਔਰ ਹੇਟ ਸਪੀਚ ਦਾ ਵੀ ਪਰਚਾ ਦਰਜ ਕਰਾਵਾਂਗੇ ਔਰ ਜਿਹੜੇ ਸਾਡੇ ਪੰਜਾਬ ਨੂੰ ਟੁਕੜੇ ਕਰਨ ਦਾ ਦੇਸ਼ ਵਿਰੋਧੀ ਜਿਹੜੀ ਧਰਾਵਾ ਆ ਅਸੀਂ ਉਹ ਵੀ ਸਖਤ ਤਰੀਕੇ ਨਾਲ ਲਗਵਾਵਾਂਗੇ ਅਮਰਤਪਾਲ ਨੇ ਸ਼ੋਹਰਤ ਲੈਣ ਦੀ ਕੋਸ਼ਿਸ਼ ਕੀਤੀ ਔਰ ਅੱਜਕੱਲ ਉਹਦਾ ਵੀ ਜਿਹੜਾ ਮਰੋੜ ਡਾਊਨ ਹੋ ਗਿਆ ਕਿਉਂਕਿ ਝੂਠ ਦੇ ਉੱਪਰ ਹੀ ਉਹ ਵੀ ਕੈਮ ਸੀਗਾ ਔਰ ਉਹਦੇ ਬਾਅਦ ਲੱਖਾਂ ਸਦਾਨਾ ਆ ਗਿਆ ਉਹ ਇਹਨੇ ਵੀ ਝੂਠੋ ਝੂੜ ਉਹਦੇ ਵੱਲੋਂ ਵੇਖੋ ਵੇਖੀ ਇਹਨੇ ਵੀ ਸੋਚਿਆ ਕਿ ਸ਼ਾਇਦ ਉਹ ਮਸ਼ਹੂਰ ਹੋ ਗਿਆ ਮੈਂ ਵੀ ਮਸ਼ਹੂਰ ਹੋ ਜਾਊਂਗਾ ਔਰ ਇਸ ਤਰੀਕੇ ਦੇ ਹੋਰ ਵੀ ਕੋਈ ਇਕਾ ਦੁਕਾ ਲੋਗ ਨੇ ਜਿਨ੍ਹਾਂ ਨੂੰ ਅਸੀਂ ਕੋਈ ਜ਼ਿਆਦਾ ਵੈਲਿਊ ਨਹੀਂ ਦਿੰਦੇ ਕਿਉਂਕਿ ਸਮਾਜ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਕੋਈ ਭਲਾਈ ਕੀਤੀ ਹੁੰਦੀ ਹੈ ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਹੁੰਦਾ ਜਿਨ੍ਹਾਂ ਲੋਕਾਂ ਨੇ ਸਮਾਜ ਭਲਾਈ ਦੇ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਲੋਕ ਸ਼ਰਾਰਤੀ ਹੁੰਦੇ ਨੇ ਉਹਨਾਂ ਨੂੰ ਮੈਂ ਸਮਝਦਾ ਕਿ ਅਸੀਂ ਯਾਦ ਕਰਨਾ ਵੀ ਪਸੰਦ ਨਹੀਂ ਕਰਦੇ ਅੱਲਾਹ ਕਿ ਸੋਚਦਾ ਹੈ ਕਿ ਇਹ ਮੈਨੂੰ ਜਵਾਬ ਦੇਣਗੇ ਮੈਨੂੰ ਕਾਊਂਟਰ ਕਰਨਗੇ ਮੇਰੇ ਖਿਲਾਫ ਕੰਪਲੇਂਟਸ ਕਰਨਗੇ ਤੇ ਮੈਂ ਦਿਨ ਪੈਸੇ ਕਮਾਉਣ ਦੀ ਕੋਸ਼ਿਸ਼ ਕਰੂੰਗਾ ਲੇਕਿਨ ਅਸੀਂ ਚੰਗੇ ਤਰੀਕੇ ਨਾਲ ਤਿੱਖੀ ਨਜ਼ਰ ਰੱਖੀ ਐ ਕਿਹੜਾ ਬੰਦਾ ਸਮਾਜ ਅੰਦਰ ਜਿਸ ਦੀ ਕੋਈ ਵੈਲਿਊ ਆ ਉਹ ਤਾਂ ਹੀ ਅਸੀਂ ਜਵਾਬ ਦੇਨੇ ਆਮ ਬੰਦੇ ਦਾ ਅਸੀਂ ਜਵਾਬ ਦੇਣਾ ਵੀ ਪਸੰਦ ਨਹੀਂ ਕਰਦਾ ਮੈਂ ਉਹ ਹੀ ਦੱਸਣਾ ਚਾਹੁੰਦਾ ਕਿ ਹਰ ਜਿਹੜਾ ਜਿਹੜਾ ਸਾਡੇ ਉੱਪਰ ਇਲਜ਼ਾਮ ਲਗਾਏ ਜਾਂਦਾ ਕਿ ਚਮਤਕਾਰ ਕਰਦੇ ਨੇ ਮੈਂ ਸਮਝਦਾ ਕਿ ਹਰਮੰਦਰ ਸਾਹਿਬ ਵੀ ਜੇਕਰ ਕੋਈ ਵਿਸ਼ਵਾਸ ਨਾਲ ਜਾਂਦਾ ਹੈ ਤੇ ਉੱਥੇ ਵੀ ਪਰਮਾਤਮਾ ਜਿਹੜਾ ਕਾਲਪੁਰਖ ਨੂੰ ਚੰਗਿਆਂ ਕਰਦਾ ਔਰ ਜਿਹੜਾ ਗਿਰਜਾ ਘਰ ਚ ਆ ਜਾਂਦਾ ਵਿਸ਼ਵਾਸ ਨਾਲ ਗੱਲ ਵਿਸ਼ਵਾਸ ਦੀ ਹੈ ਜਿਹੜਾ ਜੇ ਭਗਤ ਧੰਨੇ ਜੱਟ ਨੇ ਪੱਥਰਾਂ ਦੇ ਵਿੱਚੋਂ ਰੱਬ ਪਾ ਲਿਆ ਸੀ ਵਿਸ਼ਵਾਸ ਦੀ ਗੱਲ ਹੈ ਜਿਹੜਾ ਵਿਸ਼ਵਾਸ ਕਰਕੇ ਆਊਗਾ ਜਿਹੜਾ ਹਲੀਮੀ ਦੇ ਨਾਲ ਆਊਗਾ ਜਿਹੜਾ ਉਸ ਉਸ ਪਰਮੇਸ਼ਵਰ ਦੇ ਬਚਨਾਂ ਨੂੰ ਰਿਸੀਵ ਕਰਨ ਆਏਗਾ ਨਿਮਰਤਾ ਦੇ ਨਾਲ ਆਊਗਾ ਉਹਦੇ ਜੀਵਨ 'ਚ ਜ਼ਰੂਰ ਪਰਮਾਤਮਾ ਕੰਮ ਕਰੇਗਾ ਪਰਮੇਸ਼ਵਰ ਕੰਮ ਕਰਦਾ ਆ ਔਰ ਐਸੀ ਇਹ ਹੀ ਚੀਜ਼ਾਂ ਸ਼ਰਾਰਤੀ ਲੋਕਾਂ ਨੂੰ ਚੰਗੀਆਂ ਨਹੀਂ ਲੱਗ ਰਹੀਆਂ ਜਿਹੜੇ ਲੋਕ ਸਾਨੂੰ ਜਿਹੜਾ ਝੂਠੇ ਜਿਹੜੇ ਇਲਜ਼ਾਮ ਸਾਡੇ ਤੇ ਲਗਾ ਰਹੇ ਇਹ ਬਿਲਕੁਲ ਨਿਰਆਧਾਰ ਨੇ ਬਿਲਕੁਲ ਇਹਨਾਂ ਬੇਸਰੈਸ ਨੇ